हां जी सुखविंदर सिंह जी कदों ऐसी ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ ਮੇਰਾ 24 ਹੋ ਜਾਂਦੇ ਦਾ 3 ਮਹੀਨੇ ਹੋ ਚੁੱਲੇ ਹਾਂ ਹਾਂਜੀ 3 ਮਹੀਨੇ ਹੋ ਚੁੱਲੇ ਕਿੰਨਾ ਪਾਸ ਸੀ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ ਫਰੰਟ ਤੋਂ 25 ਕਿਲੋ ਅੱਜ ਕਿੰਨਾ ਇਹ ਬਣਾਇਆ ਜੀ ਫਰੰਟ ਤੋਂ 7 ਕਿਲੋ 18 ਕਿਲੋ ਪਰ ਕੱਟ ਗਿਆ ਨਾ ਤੁਹਾਡਾ ਕੀ ਦਿੱਕਤ ਆਉਂਦੀ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ ਆਪਰੇਸ਼ਨ ਤੋਂ ਪਹਿਲਾਂ ਇਹ ਸੀਗਾ ਪ੍ਰੋਬਲਮ ਹੈ ਵੀ ਕਿਤਾਬ ਦਰਦ ਰਹਿੰਦਾ ਸੀ ਸਾਹ ਬੰਦਾ ਸੀ ਪ੍ਰਾੜੇ ਬਾਡੀ ਨੂੰ ਕੰਟਰੋਲ ਨਹੀਂ ਸੀ ਹੁੰਦਾ ਠੀਕ ਹੈ ਤੇ ਆਪਰੇਸ਼ਨ ਤੋਂ ਬਾਅਦ ਕਿਵੇਂ ਇਹ ਸਾਰੀਆਂ ਦਿੱਕਤਾਂ ਹਾਂ ਤਾਂ ਜੀ ਠੀਕ ਹੈ ਗੋਡੇ ਗੋਡੇ ਇਹ ਜਿਹੜੇ ਹੈਗੇ ਆ ਉਹ ਵੀ ਠੀਕ ਅੱਛਾ ਸਾਹ ਚੜਦਾ ਹੁਣ ਸਾਹ ਨਹੀਂ ਸਾਹ ਕੋਈ ਪ੍ਰੋਬਲਮ ਨਹੀਂ ਕਰਾੜੇ ਵਜਦੇ ਕਰਾੜੇ ਵੀ ਕੱਟ ਗਏ ਵਜਦੇ ਹੈਗੇ ਨਾ ਪਰ ਨਹੀਂ ਅੱਛਾ ਤੇ ਮਲਟੀਵਿਟਾਮਿਨ ਕੈਲਸ਼ੀਅਮ ਆਇਰਨ ਸਪਲੀਮੈਂਟ ਲਈ ਜਾਂਦੇ ਚੱਲਦੇ ਤੇ ਜਿਹੜੇ ਆਪਣੇ ਬਲੱਡ ਦੇ ਟੈਸਟ ਹੋ ਤੁਸੀਂ ਰੈਗੂਲਰਲੀ ਕਰਵਾਉਂਦੇ ਰਹੋ